ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰਨ ਨੇ ਖੁਸ਼ਦੀਪ ਨੂੰ ਪੁੱਛਿਆ, ਦਸਵੀਂ ਦੇ ਇੰਨੇ ਵਧੀਆ ਰਿਜ਼ਲਟ ਆਉਣ ਤੋਂ ਬਾਅਦ ਤੇਰੇ ਪਾਪਾ ਨੇ ਤੈਨੂੰ ਕੀ ਗਿਫਟ ਦਿੱਤਾ? ਖੁਸ਼ਦੀਪ ਨੇ ਕਿਹਾ, ਕੁਛ ਨਹੀਂ। ਸਿਮਰਨ ਨੇ ਇੱਕ ਹੋਰ ਸਵਾਲ ਕਰਦੇ ਹੋਏ ਪੁੱਛਿਆ ਕਿ ਇਹ ਚੰਗੀ ਗੱਲ ਹੈ, ਤੇਰੇ ਪਾਪਾ ਦੀਆਂ ਨਜ਼ਰਾਂ ਵਿੱਚ ਤੇਰੀ ਕੋਈ ਅਹਿਮੀਅਤ ਨਹੀਂ? ਸਿਮਰਨ ਆਪਣੇ ਸਵਾਲਾਂ ਨਾਲ ਖੁਸ਼ਦੀਪ ਨੂੰ ਸੋਚਾਂ ਵਿੱਚ ਪਾ ਕੇ ਚਲੀ ਗਈ। ਸ਼ਾਮ ਨੂੰ ਜਦੋਂ ਉਸਦਾ ਪਾਪਾ ਵਾਪਸ ਆਇਆ ਤਾਂ ਆਪਣੀ ਬੇਟੀ ਨੂੰ ਉਦਾਸ ਦੇਖ ਕੇ ਪੁੱਛਣ ਲੱਗਾ, ਕੀ ਹੋਇਆ, ਉਦਾਸ ਕਿਉਂ ਹੈ? ਖੁਸ਼ਦੀਪ ਨੇ ਕਿਹਾ, ਕੁਛ ਨਹੀਂ ਪਾਪਾ, ਹਰ ਰੋਜ਼ ਐਵੇਂ ਹੀ ਚੱਲਦਾ ਰਿਹਾ। ਕੁਛ ਦਿਨਾਂ ਬਾਅਦ ਖੁਸ਼ਦੀਪ ਦੀ ਖਾਮੋਸ਼ੀ ਉਸਦੇ ਪਾਪਾ ਦੀ ਟੈਨਸ਼ਨ ਬਣ ਗਈ। ਘਰ ਵਿੱਚ ਖੁਸ਼ਹਾਲੀ ਦੀ ਜਗ੍ਹਾ ਝਗੜੇ ਨੇ ਲੈ ਲਈ। ਪਤਾ ਹੈ ਕਿ ਸਿਮਰਨ ਦੇ ਦੋ ਸਵਾਲਾਂ ਨੇ ਇੱਕ ਹੱਸਦੇ ਵੱਸਦੇ ਘਰ ਵਿੱਚ ਝਗੜਾ ਪੈਦਾ ਕਰ ਦਿੱਤਾ ਸੀ। ਗੋਗਾ ਨੇ ਆਪਣੇ ਜਿਗਰੀ ਦੋਸਤ ਪਵਨ ਨੂੰ ਪੁੱਛਿਆ, ਅੱਜ ਕੱਲ ਕਿੱਥੇ ਹੁੰਨਾ? ਪਵਨ, ਯਾਰ ਬਜਾਜ ਕੰਪਨੀ ਵਿੱਚ। ਗੋਗਾ, ਕਿੰਨੀ ਸੈਲਰੀ ਮਿਲ ਜਾਂਦੀ ਹੈ? ਪਵਨ, 10,000। ਗੋਗਾ, ਬਸ ਸਿਰਫ ਇੰਨੀ? ਯਾਰ ਤੇਰਾ ਗੁਜ਼ਾਰਾ ਕਿਵੇਂ ਚੱਲਦਾ? ਪਵਨ, ਬਸ ਯਾਰ ਕੀ ਦੱਸਾਂ। ਹੁਣ ਪਵਨ ਦਾ ਮਨ ਕੰਮ ਵਿੱਚ ਪਹਿਲਾਂ ਦੀ ਤਰ੍ਹਾਂ ਨਹੀਂ ਲੱਗ ਰਿਹਾ ਸੀ। ਕੁਝ ਦਿਨਾਂ ਬਾਅਦ ਪਵਨ ਨੇ ਆਪਣੇ ਬੌਸ ਨਾਲ ਸੈਲਰੀ ਵਧਾਉਣ ਵਾਸਤੇ ਗੱਲ ਕੀਤੀ, ਪਰ ਬੌਸ ਨੇ ਨਾ ਮਨਜ਼ੂਰ ਕਰ ਦਿੱਤੀ ਅਤੇ ਪਵਨ ਨੇ ਗੁੱਸੇ 'ਚ ਆ ਕੇ ਨੌਕਰੀ ਛੱਡ ਦਿੱਤੀ। ਪਹਿਲਾਂ ਉਸ ਕੋਲ ਨੌਕਰੀ ਸੀ ਅਤੇ ਗੁਜ਼ਾਰਾ ਵੀ ਚੱਲ ਰਿਹਾ ਸੀ, ਅਤੇ ਹੁਣ ਉਹ ਬੇਰੁਜ਼ਗਾਰ ਹੋ ਗਿਆ। ਸਿਰਫ ਦੋ ਸਵਾਲ, ਬਸ ਇੰਨੀ? ਤੇਰਾ ਗੁਜ਼ਾਰਾ ਕਿਵੇਂ ਚੱਲਦਾ? ਜੋ ਗੋਗਾ ਨੇ ਉਸ ਤੋਂ ਪੁੱਛੇ ਸੀ। ਇੱਕ ਸਹੇਲੀ ਨੇ ਦੂਜੀ ਸਹੇਲੀ ਨੂੰ ਪੁੱਛਿਆ ਕਿ ਮੁੰਡਾ ਹੋਣ ਦੀ ਖੁਸ਼ੀ ਵਿੱਚ ਤੇਰੇ ਪਤੀ ਨੇ ਤੈਨੂੰ ਕੀ ਗਿਫਟ ਦਿੱਤਾ? ਦੂਜੀ ਸਹੇਲੀ ਨੇ ਕਿਹਾ, ਕੁਛ ਨਹੀਂ। ਪਹਿਲੀ ਸਹੇਲੀ ਨੇ ਫਿਰ ਕਿਹਾ ਕਿ ਇਹ ਚੰਗੀ ਗੱਲ ਹੈ, ਤੇਰੀ ਪਤੀ ਦੀਆਂ ਨਜ਼ਰਾਂ ਵਿੱਚ ਤੇਰੀ ਕੋਈ ਕੀਮਤ ਨਹੀਂ। ਪਹਿਲੀ ਸਹੇਲੀ ਆਪਣੇ ਜ਼ਹਿਰੀਲੇ ਸਵਾਲਾਂ ਦਾ ਬੰਬ ਸੁੱਟ ਕੇ ਦੂਜੀ ਸਹੇਲੀ ਨੂੰ ਸੋਚਾਂ ਵਿੱਚ ਪਾ ਕੇ ਚੱਲਦੀ ਬਣੀ। ਸ਼ਾਮ ਨੂੰ ਦੂਸਰੀ ਸਹੇਲੀ ਦਾ ਪਤੀ ਜਦੋਂ ਘਰ ਵਾਪਸ ਆਇਆ ਤਾਂ ਪਤਨੀ ਦਾ ਮੂੰਹ ਲਟਕਿਆ ਹੋਇਆ ਸੀ। ਦੋਨਾਂ ਵਿੱਚ ਤਕਰਾਰ ਹੋਈ, ਗੱਲਾਂ ਬਾਤਾਂ ਹੋਈਆਂ, ਕਹਾ ਸੁਣੀ ਹੋਈ। ਇਹ ਝਗੜਾ ਹੁਣ ਰੋਜ਼ ਰੋਜ਼ ਦਾ ਬਣ ਗਿਆ ਸੀ ਅਤੇ ਆਖਰ ਨੂੰ ਗੱਲ ਤਲਾਕ 'ਤੇ ਜਾ ਪਹੁੰਚੀ ਅਤੇ ਦੋਵਾਂ ਦਾ ਤਲਾਕ ਹੋ ਗਿਆ। ਪਤਾ ਪ੍ਰੋਬਲਮ ਕੀ ਸੀ? ਉਸ ਸਹੇਲੀ ਦੇ ਦੋ ਸਵਾਲ ਜੋ ਦੂਸਰੀ ਦਾ ਹਾਲ ਚਾਲ ਪੁੱਛਣ ਆਈ ਸੀ। ਦੋਸਤੋ, ਹਮੇਸ਼ਾ ਯਾਦ ਰੱਖੋ ਕਿ ਜ਼ੁਬਾਨ 'ਚੋਂ ਨਿਕਲੇ ਹੋਏ ਸ਼ਬਦ ਸੁਣਨ ਵਾਲੇ ਦੇ ਦਿਮਾਗ 'ਤੇ ਬਹੁਤ ਗਹਿਰਾ ਅਸਰ ਕਰਦੇ ਨੇ। ਜਿਵੇਂ ਕਿ ਤੂੰ ਇਹ ਕਿਉਂ ਨਹੀਂ ਖਰੀਦਿਆ, ਤੂੰ ਉਸ ਨਾਲ ਕਿਵੇਂ ਸਾਰੀ ਜ਼ਿੰਦਗੀ ਕੱਢ ਸਕਦਾ ਹੈ ਜਾਂ ਕੱਢ ਸਕਦੀ ਹਾਂ, ਤੇਰੇ ਕੋਲ ਇਹ ਕਿਉਂ ਨਹੀਂ ਹੈ, ਤੇਰਾ ਗੁਜ਼ਾਰਾ ਕਿਵੇਂ ਚੱਲਦਾ ਆ। ਇਹੋ ਜਿਹੇ ਸਵਾਲ ਅਸੀਂ ਜਾਣੇ ਅਣਜਾਣੇ ਜਾਂ ਨਾਦਾਨੀ 'ਚ ਬਿਨ ਮਕਸਦ ਤੋਂ ਪੁੱਛ ਬੈਠਦੇ ਹਾਂ, ਬਿਨਾਂ ਇਹ ਸੋਚੇ ਸਮਝੇ ਕਿ ਸਾਡੇ ਇਹ ਸਵਾਲ ਸੁਣਨ ਵਾਲੇ ਦੇ ਦਿਲ ਵਿੱਚ ਕਿਹੜਾ ਬੀਜ ਬੀਜਣ ਵਾਲੇ ਹਨ, ਪਿਆਰ ਦਾ ਜਾਂ ਨਫ਼ਰਤ ਦਾ। ਦੋਸਤੋ, ਜੇ ਸਵਾਲ ਜਵਾਬ ਚੰਗੇ ਲੱਗੇ ਹੋਣ ਤਾਂ ਸ਼ੇਅਰ ਜ਼ਰੂਰ ਕਰਿਓ ਜੀ। ਧੰਨਵਾਦ।